ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਕਿਸਾਨ ਵੀਰੋ, ਜਿਵੇਂ ਪਹਿਲਾਂ ਪਾਣੀ ਫਸਲ ਨੂੰ ਸਾਰਾ ਲੱਗ ਗਿਆ ਅਤੇ 45 ਦਿਨ ਦੀ ਜਿਹੜੀ ਹੈਗੀ 40-45 ਦਿਨ ਦੀ ਕਰੋਪ ਹੋ ਗਈ ਹੈ। ਜਿਹੜਾ ਕਈ ਕਿਸਾਨ ਵੀ ਪੁੱਛ ਰਹੇ ਸੀ ਵਾਧੇ ਬਾਰੇ ਦੇ ਵਿੱਚ, ਜਾਂ ਜ਼ਿਆਦਾ ਜਾੜ ਮਾਰੇ ਫਸਲ ਫੁਟਾਰਾ ਜ਼ਿਆਦਾ ਕਰੇ, ਉਹਦੇ ਵਾਸਤੇ ਜਿਹੜਾ ਹੈਗਾ ਕੀ ਪਾਇਆ ਜਾਵੇ, ਜਾਂ ਕਈ ਕਿਸਾਨ ਵੀਰ ਹੈ ਉਹ ਕੋਈ ਔਰਗੈਨਿਕ ਪ੍ਰੋਡਕਟ ਦੇ ਨਾਂ 'ਤੇ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਬਾਜ਼ਾਰੋਂ ਲੈ ਲੈ ਕੇ ਪਾ ਰਹੇ ਆ, ਪੁੱਛ ਰਹੇ ਸੀਗੇ। ਸੋ ਕਿਸਾਨ ਵੀਰੋ, ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੇ ਬਾਜ਼ਾਰੋਂ ਲੈ ਕੇ ਜਿਹੜੀ ਇੱਦਾਂ ਦੀ ਕੋਈ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਹਾਡੇ ਕੋਲ ਸਮਾਂ ਅਤੇ એનર્ਜੀ ਹੈਗੀ ਹੈ, ਜੇ ਤੁਸੀਂ ਸਪਰੇਆਂ ਵਗੈਰਾ ਕਰ ਸਕਦੇ, ਤਾਂ ਜਿਹੜੀਆਂ 2-4 ਸਪਰੇਆਂ ਤੁਸੀਂ ਹੁਣ ਜਦੋਂ ਤੱਕ ਜਿਹੜਾ ਬੂਟੇ ਨੇ ਜਾੜ ਮਾਰਨਾ ਸਮਾਪਤ ਕਰਨਾ, ਫੁਟਾਰਾ ਹੁਣ ਫਸਲ ਜਿਹੜੀ ਹੈਗੀ ਜੂਰਾਂ 'ਤੇ ਹੈਗਾ ਫੁਟਾਰਾ ਉਹਦਾ, ਕਈ ਥਾਵਾਂ 'ਤੇ ਜਿਹੜਾ ਹੈਗਾ ਕੱਲ੍ਹ ਪਤਾ ਲੱਗਿਆ ਸੀ ਜਿਹੜਾ ਹੈਗਾ ਗੜੇਮਾਰੀ ਵਗੈਰਾ ਹੋਈ ਹੈ, ਨੁਕਸਾਨ ਹੋਇਆ ਫਸਲ ਦਾ। ਪਰ ਹੁਣ ਜਿਹੜੀ ਫਸਲ ਦੇ ਫੁਟਾਰੇ ਵਾਸਤੇ ਆਪਾਂ ਜਿਹੜਾ ਹੈਗਾ ਕੋਈ ਹੋਰ ਜਿਹੜੀਆਂ ਹੈਗੀਆਂ ਮਹਿੰਗੀਆਂ ਚੀਜ਼ਾਂ ਪਾਉਣ ਦੀ ਬਜਾਏ, ਜੇ ਤੁਹਾਨੂੰ ਸਪਰੇਆਂ ਜਿਹੜੀਆਂ ਹੈਗੀਆਂ 2-4 ਆਪਾਂ ਨੂੰ ਜਿਹੜੀਆਂ ਕਰਨੀਆਂ ਚਾਹੀਦੀਆਂ, ਉਹਦੇ ਵਿੱਚ ਮੈਗਨੀ ਸਲਫੇਟ ਦੀ ਤਕਰੀਬਨ ਜਿਹੜੀ ਹੈਗੀ ਕਿਸਾਨ ਵੀਰਾਂ ਨੇ ਸਪਰੇ ਕਰਤੀ ਸੀ ਪਹਿਲੇ ਪਾਣੀ ਤੋਂ ਪਹਿਲਾਂ, ਜਿਨ੍ਹਾਂ ਨੇ ਨਹੀਂ ਕੀਤੀ ਉਹ ਵੀ ਕਰ ਸਕਦੇ ਆ। ਕਿਉਂਕਿ ਜੇ ਘਾਟ ਆਉਂਦੀ ਹੈ ਤਾਂ ਆਪਾਂ ਜਿਹੜੀ ਹੈਗੀ ਤੱਤਾਂ ਦੀ ਸਪਰੇ ਕਰਨੀ, ਜੇ ਵੈਸੇ ਵੀ ਆਪਾਂ ਜਿਵੇਂ ਆਪਾਂ ਰੂਟੀਨ 'ਚ ਆਪ ਵੀ ਜਿਹੜੀ ਖੁਰਾਕ ਖਾਂਦੇ, ਜੇ ਘਾਟ ਹੋਵੇ ਤਾਂ ਉਹਦੀ ਪੂਰਤੀ ਲਈ ਜਾਂ ਆਪਣੇ ਜਿਹੜੀ ਹੈਲਥ ਨੂੰ ਮੇਨਟੇਨ ਕਰਨ ਲਈ, ਇਸੇ ਤਰ੍ਹਾਂ ਜਿਹੜੀ ਫਸਲ ਦੀ ਹੈਲਥ ਨੂੰ ਮੇਨਟੇਨ ਕਰਨ ਲਈ ਆਪਾਂ ਜਿਹੜੀ ਹੈਗੀ ਮੈਗਨੀ ਸਲਫੇਟ ਜਿੰਕ ਸਲਫੇਟ ਦੀ ਸਪਰੇ ਕਰ ਸਕਦੇ। ਜਿੰਕ ਸਲਫੇਟ ਦੀ ਘਾਟ ਹੁਣ ਜਿਹੜੀ ਇਹਨਾਂ ਦਿਨਾਂ 'ਚ ਵੀ ਦੇਖਣ ਨੂੰ ਮਿਲੀ ਹੈ, ਮੇਰੇ ਕੋਲ ਕਈ ਸੈਂਪਲ ਆਏ ਸੀਗੇ ਦਫ਼ਤਰ ਵੀ, ਉਹਦੇ ਵਿੱਚ ਕਿਹੜਾ ਜਿਹੜਾ ਹੈਗਾ ਪੱਤੇ ਜਿਹੜੇ ਹੈ ਪੀਲੇ ਪੈ ਕੇ ਵਿਚਾਲੇ ਉਹ ਟੁੱਟ ਜਾਂਦੇ ਆ, ਬੂਟੇ ਦੇ ਬੂਟਾ ਜਿਹੜਾ ਹੈਗਾ ਪੀਲਾ ਪੈ ਕੇ ਸੁੱਕ ਜਾਂਦਾ। ਆਪਾਂ ਨੂੰ ਕਈ ਵਾਰ ਕੋਈ ਭੁਲੇਖਾ ਪੈ ਜਾਂਦਾ, ਕੋਈ ਕਿਸਾਨ ਵੀਰਾਂ ਨੂੰ ਕਿਤੇ ਗੁਲਾਬੀ ਸੁੱਡੀ ਸਮਝਣ ਲੱਗ ਪੈਂਦੇ, ਜਾਂ ਕੋਈ ਸਿਉਂਕ ਦੀ ਸਮੱਸਿਆ ਸਮਝਣ ਲੱਗ ਪੈਂਦੇ, ਜਾਂ ਕਈ ਵੀ ਸਲਫਰ ਦੀ ਘਾਟ ਵੀ ਸਮਝਣ ਲੱਗ ਪੈਂਦੇ, ਜਿੰਕ ਦੀ ਘਾਟ ਵੀ ਜਿਹੜੀ ਹੈਗੀ ਆਈ ਹੈ ਕਈ ਖੇਤਾਂ ਦੇ ਵਿੱਚ। ਸੋ ਜਿਹੜੀ ਹੈਗੀ ਜਿੰਕ ਸਲਫੇਟ ਦੀ ਸਪਰੇ ਜ਼ਰੂਰ ਕਰੋ, ਉਹਦੇ ਵਿੱਚ ਕਈ ਵੀ ਜਿਹੜੇ ਚਿਲੇਟਡ ਸਪਰੇ ਕਰ ਚਿਲੇਟਡ ਜਿੰਕ ਸਲਫੇਟ ਕਰ ਰਹੇ ਆ, ਚਿਲੇਟਡ ਵੀ ਠੀਕ ਹੈ, ਜਿਹੜਾ ਅਸਰ ਉਹਦਾ ਜਲਦੀ ਮਿਲਦਾ, ਅਤੇ ਦੂਜੀ ਜਿਹੜੀ ਹੈਗੀ ਆਪਾਂ ਮੈਗਨੀ ਸਲਫੇਟ ਵਗੈਰਾ ਨਾਲ ਕਈ ਵਾਰ ਕਿਸਾਨ ਵੀ ਜਿਹੜੇ ਮਿਕਸ ਕਰਕੇ ਕਰਨਾ ਪਸੰਦ ਕਰਦੇ ਆ। ਜੇ ਤੁਸੀਂ ਜਿੰਕ ਸਲਫੇਟ 21% ਵੀ ਕਿਸਾਨ ਵੀਰੋ ਕਰੋ, ਤਾਂ ਮੈਂ ਤੁਹਾਨੂੰ ਇਹੀ ਰੇ ਦਊਂਗਾ, ਜਿਹੜੀ ਠੀਕ ਹੈ ਚਿਲੇਟਡ ਵੀ ਤੁਸੀਂ ਕਰਨੀ, ਪਰ ਜਿੰਕ ਸਲਫੇਟ ਜੇ ਤੁਸੀਂ 21% ਸਲਿਊਸ਼ਨ ਆ ਜਿਹੜਾ ਅੱਧਾ ਪਰਸੈਂਟ ਦੇ ਹਿਸਾਬ ਨਾਲ, ਮਤਲਬ 1 ਕਿਲੋ ਜਿੰਕ ਸਲਫੇਟ ਨੂੰ 200 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੇ ਵਿੱਚ ਅੱਧਾ ਕਿਲੋ ਜਿਹੜਾ ਹੈਗਾ ਅਣਬੁਝਿਆ ਚੂਨਾ ਜਿਹੜਾ ਕਲੀ ਦਾ ਪਾਣੀ ਵਰਤ ਕੇ ਜੇ ਤੁਸੀਂ ਸਪਰੇ ਕਰੋ, ਤਾਂ ਉਹ ਤੁਹਾਨੂੰ ਦੂਜੇ ਜਿਹੜੀ ਹੈਗੀ ਜਿੰਕ ਨਾਲ ਵਧੀਆ ਰਿਜ਼ਲਟ ਦੇਊਗੀ। ਕਿਉਂ? ਕਿਉਂਕਿ ਜਿਹੜੀ ਜਿੰਕ ਇਹਦੇ 21% ਜਿੰਕ ਦੇ ਵਿੱਚ ਕੁਛ ਸਾਨੂੰ ਜਿਹੜੀ ਹੈਗੀ ਸਲਫਰ ਦੀ ਮਾਤਰਾ ਵੀ ਮਿਲਦੀ ਹੈ, ਅਤੇ ਜਿਹੜਾ ਆਪਾਂ ਅਣਬੁਝਿਆ ਚੂਨਾ ਵਰਤਦੇ ਹਾਂ ਉਹਦੇ ਨਾਲ ਜਿਹੜਾ ਹੈਗਾ ਕੁਛ ਉਹਦੇ ਵਿੱਚ ਫੰਜੀਸਾਈਡ ਪ੍ਰੋਪਰਟੀਜ਼ ਵੀ ਹੈਗੀਆਂ, ਕਿਉਂਕਿ ਇਹ ਨਾਟ ਮਟੀਰੀਅਲ ਹੁੰਦਾ, ਉਹ ਜਿਹੜਾ ਬੂਟੇ ਨੂੰ ਆਪਾਂ ਇੱਕ ਦੂਜੇ ਸ਼ਬਦਾਂ 'ਚ ਸਿੱਧੀ ਭਾਸ਼ਾ 'ਚ ਤੁਹਾਨੂੰ ਦੱਸ ਦਿੰਦਾ ਕਿ ਬੂਟਾ ਜਿਹੜਾ ਉੱਪਰ ਤੋਂ ਨੀਚੇ ਤੱਕ ਜਿਹੜਾ ਬਿਲਕੁਲ ਸਾਫ਼ ਹੋ ਜਾਂਦਾ। ਜੇ ਕੋਈ ਮਾੜੀ ਮੋਟੀ ਕੁਛ ਸਮੱਸਿਆ ਹੁੰਦੀ ਹੈ, ਕੋਈ ਫੰਗਸ ਵਗੈਰਾ ਦੀ ਵੀ ਆਪਾਂ ਕਹਿ ਦਈਏ, ਤਾਂ ਉਹਦੇ ਨਾਲ ਜਿਹੜਾ ਠੀਕ ਹੋ ਜਾਂਦੀ ਹੈ, ਉਨੀ ਕੁ ਜਿਹੜੀ ਹੈਗੀ ਉਹਦੀ ਤਾਕਤ ਹੈਗੀ ਹੈ। ਸੋ ਜਿਹੜੀ ਜਿੰਕ ਸਲਫੇਟ ਜੇ ਤੁਸੀਂ 21% ਕਰੋ, ਮੇਰੀ ਤੁਹਾਨੂੰ ਇਹੀ ਸਿਫਾਰਿਸ਼ ਹੈ। ਮੈਗਨੀ ਸਲਫੇਟ ਜੇ ਕਿਸਾਨ ਵੀਰ ਕੋਲ ਸਮਾਂ ਹੈਗਾ ਤਾਂ ਕਰ ਸਕਦੇ ਸਪਰੇ 1 ਜ਼ਰੂਰ ਕਰ ਦਿਓ, ਉਹ ਵੀ 0.5% ਹੀ, 1 ਕਿਲੋ ਮੈਗਨੀ ਸਲਫੇਟ ਨੂੰ ਜਿਹੜਾ ਹੈਗਾ 200 ਲੀਟਰ ਪਾਣੀ ਦੇ ਵਿੱਚ ਪਾ ਕੇ ਜੇ ਆਪਾਂ ਇਹ ਵਰਤਦੇ ਹਾਂ ਚਿਲੇਟਡ ਨਾਲੋਂ, ਚਿਲੇਟਡ ਦਾ ਜਿਹੜਾ ਅਸਰ ਵਧੀਆ ਹੁੰਦਾ, ਜਲਦੀ ਹੁੰਦਾ, ਬਟ ਜੇ ਆਪਾਂ ਇਹ ਜਿਹੜੇ ਹੈਗੇ ਆ ਮੈਗਨੀ ਸਲਫੇਟ ਜਾਂ ਜਿੰਕ ਸਲਫੇਟ ਜਿਹੜੇ ਬਾਜ਼ਾਰੋਂ ਲੈ ਕੇ ਇਹ ਖੁੱਲ੍ਹੇ ਵਰਤਦੇ ਹਾਂ, ਤਾਂ ਇਹਨਾਂ ਦੇ ਵਿੱਚ ਆਪਾਂ ਨੂੰ ਥੋੜ੍ਹਾ ਬਹੁਤਾ ਜਿਹੜੀ ਸਲਫਰ ਦੀ ਜਿਹੜੀ ਮਾਤਰਾ ਵੀ ਮਿਲਦੀ, ਉਹਦੇ ਨਾਲ ਜਿਹੜੇ ਬੂਟਿਆਂ ਦਾ ਫਾਇਦਾ ਹੁੰਦਾ ਹੈਗਾ। ਦੂਜੀ ਗੱਲ ਹੈਗੀ ਆ ਕਿਸਾਨ ਵੀ ਜਿਹੜੀ ਯੂਰੀਆ ਦੀ ਸਪਰੇ ਬਾਰੇ,
ਕਈ ਵਾਰੀ ਜਿਹੜੇ ਸੁਪਰ ਦੀ ਸਪਰੇ ਬਾਰੇ ਪੁੱਛਦੇ, ਯੂਰੀਆ ਦੇ ਨਾਲ ਸੁਪਰ ਮਿਲਾ ਕੇ ਜਿਹੜੀ ਕਿਸਾਨ ਵੀਰੋ, ਆਪਾਂ ਜਿਹੜੀ ਥੱਲੇ DAP ਪਾਤੀ ਹੈ 50-55 ਕਿਲੋ ਪਾਈ ਹੈ, ਚਾਹੇ ਆਪਾਂ ਸੁਪਰ ਕਈ ਕਿਸਾਨ ਵੀਰਾਂ ਨੇ ਪਾਈ 2-3 ਗੱਟੇ, ਫਾਸਫੋਰਸ ਦੀ ਜਿਹੜੀ ਹੈਗੀ ਹੈ ਕੋਈ ਬਹੁਤੀ ਲੋੜ ਨਹੀਂ ਹੁੰਦੀ, ਉਹ ਉਨੀ ਜਿਹੜੀ ਹੈਗੀ ਹੈ ਪਈ ਹੈ ਜ਼ਮੀਨ ਦੇ ਵਿੱਚ। ਹਾਂ, ਜੇ ਆਪਾਂ ਯੂਰੀਆ ਦੀ ਸਪਰੇ, ਕਿਉਂਕਿ ਵਾਧੇ ਦੇ ਉੱਤੇ ਜਿਹੜੇ ਅਸੀਂ ਨਾਈਟ੍ਰੋਜਨ ਫੁਟਾਰਾ ਜ਼ਿਆਦਾ ਕਰਾਉਣਾ, ਆਪਾਂ ਯੂਰੀਆ ਦੀ ਸਪਰੇ ਕਰ ਸਕਦੇ ਹਾਂ 3% ਤੱਕ। ਜੇ ਆਪਾਂ ਕਈ ਕਿਸਾਨ ਵੀਰ ਜਿਹੜੇ ਹੈਗੇ ਇਹਨਾਂ ਦੇ ਨਾਲ ਮੈਂਗਨੀਜ਼ ਸਲਫੇਟ ਦੇ ਨਾਲ ਜਾਂ ਜ਼ਿੰਕ ਸਲਫੇਟ ਦੇ ਨਾਲ ਜੇ ਤੁਸੀਂ ਯੂਰੀਆ ਪਾਉਣੀ ਆ, 1/2 ਕਿਲੋ ਤੋਂ 1 ਕਿਲੋ ਜਿਹੜੀ ਯੂਰੀਆ ਪਾ ਸਕਦੇ ਹੋ। ਉਹ ਕਿਉਂ? ਕਿਉਂਕਿ ਜਿਵੇਂ ਆਪਾਂ ਕਹਿ ਲਈਏ ਵੀ ਜਦੋਂ ਜਿਵੇਂ ਗਲੂਕੋਜ਼ ਦੇ ਵਿੱਚ ਟੀਕਾ ਪਾ ਕੇ ਜਿਹੜਾ ਲਾਇਆ ਜਾਂਦਾ ਮਰੀਜ਼ ਦੇ, ਉਸ ਤਰ੍ਹਾਂ ਜਿਹੜਾ ਹੈਗਾ ਉਹਦਾ ਅਸਰ ਵਧੀਆ ਹੋ ਜਾਂਦਾ, ਤਾਂ ਆਪਾਂ ਯੂਰੀਆ ਮੈਗਨੀਜ਼ ਸਲਫੇਟ ਅਤੇ ਜ਼ਿੰਕ ਸਲਫੇਟ ਨਾਲ ਜਦੋਂ ਪਾਉਂਦੇ ਤਾਂ ਉਹਦੀ ਜਿਹੜੀ ਹੈਗੀ ਹੈ ਇੱਕ ਅਪਟੇਕ ਦੇ ਵਿੱਚ ਅਤੇ ਮੈਟਾਬੋਲਿਜ਼ਮ ਦੇ ਵਿੱਚ ਜਿਹੜੀ ਹੈਗੀ ਉਹਦੀ ਜਲਦੀ ਅਸਰ ਹੁੰਦਾ, ਸਮਝ ਲਓ ਵੀ ਇੱਕ ਇੰਜੈਕਸ਼ਨ ਦੇ ਰੂਪ ਦੇ ਵਿੱਚ ਉਹ ਅਸਰ ਕਰਦੀ ਆ, ਅਤੇ ਬਹੁਤ ਵਧੀਆ ਜਿਹੜਾ ਹੈਗਾ ਗਰੋਥ ਫਸਲ ਦੀ ਹੁੰਦੀ। ਚਾਹੇ ਉਹ ਆਪਾਂ ਪਹਿਲਾਂ ਝੋਨੇ ਦੇ ਵਿੱਚ ਵੀ ਮੈਂ ਕਰਵਾਈਆਂ ਸੀ ਸਪਰੇਆਂ, ਅਤੇ ਜ਼ਿੰਕ ਆਪਣੇ ਕਣਕ ਦੇ ਵਿੱਚ ਵੀ ਜੇ ਕਰਨਾ ਚਾਹੁੰਦੇ 1/2 ਕਿਲੋ ਤੋਂ ਕਿਲੋ, ਪਰ ਇਹਨਾਂ ਜਿਹੜੀ ਆਪਾਂ ਚੀਜ਼ ਮਿਕਸ ਕਰਕੇ ਕਰਨੀ, ਇਹਨਾਂ ਨੂੰ ਵੱਖੋ ਵੱਖ ਆਪਾਂ ਘੋਲ ਤਿਆਰ ਕਰਨੇ ਆ, ਉਦੋਂ ਬਾਅਦ ਜਿਹੜਾ ਮੌਕੇ 'ਤੇ ਆਪਾਂ ਪੰਪ ਦੇ ਵਿੱਚ ਪਾ ਕੇ ਜਿਹੜੀ ਹੈਗੀ ਹੈ ਸਪਰੇ ਆਪਾਂ ਕਰ ਦਈਏ। ਪਾਣੀ ਜਿਹੜਾ ਹੈਗਾ ਕਈ ਕਿਸਾਨ ਵੀਰ ਜਿਹੜਾ 80 ਤੋਂ 100 ਲੀਟਰ ਹੀ ਲਾਉਂਦੇ ਪਾਣੀ, ਜੇ ਆਪਾਂ ਘੱਟ ਲਾਵਾਂਗੇ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਉਲਟ ਅਸਰ ਵੀ ਪੈ ਸਕਦਾ। ਪਾਣੀ ਘੱਟੋ ਘੱਟ 200 ਲੀਟਰ ਹੀ ਲਾਓ, 125 ਲੀਟਰ ਲਾ ਲਓ, ਪਰ ਘੱਟ ਪਾਣੀ ਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਉਹਦਾ ਅਸਰ ਨਹੀਂ ਪੂਰਾ ਮਿਲਣਾ, ਰਿਜ਼ਲਟ ਨਹੀਂ ਪੂਰਾ ਮਿਲਣਾ ਗਾ। ਸੋ ਯੂਰੀਆ ਜੇ ਆਪਾਂ ਇਕੱਲੀ ਸਪਰੇ ਵੀ ਕਰਨੀ ਆ, ਵੱਧ ਤੋਂ ਵੱਧ 3% ਸੋਲਿਊਸ਼ਨ ਆਪਾਂ ਕਰ ਸਕਦੇ ਹਾਂ। 3 ਕਿਲੋ ਯੂਰੀਆ ਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਜਿਹੜੀ ਪ੍ਰਤੀ ਏਕੜ ਸਪਰੇ ਕਰ ਸਕਦੇ ਹਾਂ। ਜੇ ਆਪਾਂ ਦੋਨਾਂ ਪਾਸਿਆਂ ਨੂੰ ਸਪਰੇ ਕਰਨੀ ਆ, ਕਿਉਂਕਿ ਕਈ ਵਾਰ ਆਪਾਂ ਨੂੰ ਲੱਗਦਾ ਕਿ ਪਾੜੇ ਨਾ ਰਹਿ ਜਾਣ, ਜਾਂ ਆਪਾਂ ਜਿਹੜੀ ਨੋਜ਼ਲ ਹੈ ਆਪਣੇ ਕੋਈ ਜਿਹਨਾਂ ਤੋਂ ਆਪਾਂ ਕਰਵਾਉਂਦੇ ਉਹ ਇੱਦਾਂ ਇੱਦਾਂ ਹਿਲਾਉਂਦੇ ਰਹਿੰਦੇ, ਇੱਧਰ ਉੱਧਰ ਟੂ ਐਂਡ ਫਰੋ ਕਰਦੇ ਰਹਿੰਦੇ ਆ, ਉਹਦੇ ਜਿਹੜੇ ਪਾੜੇ ਵੀ ਰਹਿ ਸਕਦੇ, ਤਾਂ ਆਪਾਂ ਦੋਨੇ ਪਾਸਿਆਂ ਨੂੰ ਫਸਲ ਦੇ ਦੋਨਾਂ ਪਾਸਿਆਂ ਨੂੰ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਵੀ ਸਪਰੇ ਕਰ ਸਕਦੇ ਹਾਂ। ਉਹਦੇ ਵਾਸਤੇ ਆਪਾਂ ਨੂੰ 300 ਲੀਟਰ ਪਾਣੀ ਪ੍ਰਤੀ ਏਕੜ ਵਰਤਣਾ ਚਾਹੀਦਾ। ਯੂਰੀਆ ਜਿਹੜੀ ਹੈਗੀ 3 ਕਿਲੋ ਤੋਂ ਜ਼ਿਆਦਾ ਨਾ ਵਰਤੀ ਜਾਵੇ, ਫਿਰ 1.5 ਕਿਲੋ ਆਪਾਂ ਯੂਰੀਆ ਦੋਵਾਂ ਪਾਸਿਆਂ ਨੂੰ ਵਰਤ ਸਕਦੇ ਹਾਂ। ਜ਼ਿਆਦਾ ਜੇ ਆਪਾਂ ਯੂਰੀਆ ਵਰਤਾਂਗੇ ਤਾਂ ਉਹਦੇ ਨਾਲ ਜਿਹੜਾ ਹੈਗਾ ਆਪਣੀ ਫਸਲ 'ਤੇ ਸਾੜ ਵੀ ਪੈ ਸਕਦਾ, ਉਲਟ ਅਸਰ ਹੋ ਸਕਦਾ। ਅਤੇ ਵੈਸੇ ਵੀ ਜਿਹੜੀ ਹੈਗੀ ਨਾਈਟ੍ਰੋਜਨ ਦੀ ਡੋਜ਼ ਆਪਾਂ ਜਿਹੜੀ ਹੈਗੀ ਆ 55 ਤੋਂ 60 ਦਿਨ 'ਤੇ ਜਿਹੜੀ ਕਣਕ ਨੂੰ ਖਤਮ ਕਰ ਦੇਣੀ ਆ। ਉਦੋਂ ਬਾਅਦ ਜਿਹੜੀ ਆਪਾਂ, ਕਿਉਂਕਿ ਜਿਹੜਾ ਫੁਟਾਰਾ ਉਹ 60-65 ਦਿਨ ਤੱਕ 70 ਦਿਨ ਤੱਕ ਹੁੰਦਾ, ਉਦੋਂ ਬਾਅਦ ਜਿਹੜੀ ਹੈਗੀ ਉਹਦੀ ਇੰਟਰਨੋਡਸ ਬਣਨੀਆਂ ਸ਼ੁਰੂ ਹੋ ਜਾਂਦੀਆਂ ਫਸਲ ਦੀਆਂ। ਸੋ ਫੁਟਾਰੇ ਵਾਸਤੇ ਨਾਈਟ੍ਰੋਜਨ ਜ਼ਰੂਰੀ, ਪਰ ਜੇ ਆਪਾਂ ਐਕਸੈਸ 'ਚ ਦੇਵਾਂਗੇ ਤਾਂ ਉਹਦੇ ਨਾਲ ਵੀ ਜਿਹੜੀਆਂ ਬਿਮਾਰੀਆਂ ਕੀੜੇ ਮਕੌੜਿਆਂ ਦੀ ਸਮੱਸਿਆ ਆਊਗੀ। ਸੋ ਇਹ ਜਿਹੜਾ ਹੈਗਾ 3 ਸੀ, ਮੈਗਨੀ ਸਲਫੇਟ, ਜ਼ਿੰਕ ਸਲਫੇਟ, ਜਾਂ ਆਪਾਂ ਯੂਰੀਆ ਦੀ ਜੇ ਇਕੱਲੀ ਵਰਤੋਂ ਕਰਨੀ ਜਾਂ ਨਾਲ ਵਰਤੋਂ ਕਰਨੀ ਆ, ਤਾਂ ਇਹਦੇ ਬਾਰੇ ਉਮੀਦ ਆ ਕਿ ਤੁਹਾਨੂੰ ਜਿਹੜੀ ਹੈਗੀ ਪੂਰੀ ਜਾਣਕਾਰੀ ਮਿਲ ਗਈ ਹੋ, ਕਿਉਂਕਿ ਕਿਸਾਨ ਵੀ ਕਾਫੀ ਪੁੱਛ ਰਹੇ ਸੀ। ਬਾਕੀ ਜੇ ਕੋਈ ਸਵਾਲ ਵੀ ਹੋਏ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਓ, ਕਿਸਾਨ ਵੀਰਾਂ ਦੀ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਬਾਜ਼ਾਰੋਂ ਵਾਧੂ ਚੀਜ਼ਾਂ ਪਾਉਣ ਦੀ ਜਗ੍ਹਾ 'ਤੇ ਜੇ ਆਪਾਂ ਇਹਨਾਂ ਤੱਤਾਂ ਦੀ ਸਪਰੇ ਕਰੀਏ, ਮਤਲਬ ਫਸਲ ਨੂੰ ਖੁਰਾਕ ਦਈਏ, ਤਾਂ ਉਹਦੇ ਨਾਲ ਜਿਹੜਾ ਆਪਾਂ ਫਸਲ ਵਧੀਆ ਪਾ ਸਕਦੇ ਹਾਂ।